ਕੀਤਾ ਜਾਵੇ ਤਾਂ ਜੋ ਇਹ ਕਾਰਵਾਈ ਹੋਈ ਉਹਦਾ ਕੌਣ ਜ਼ਿੰਮੇਵਾਰ ਆ, ਕਿਹਦੇ ਕਹੇ ਤੇ ਹੋਈ, ਉਹਦੇ ਕੀ ਕਾਰਨ ਸੀ। ਜਦੋਂ ਉਹ ਬੇਅਦਬੀ ਇੱਕ ਪਾਸੇ ਬੰਦ ਬੇਅਦਬੀ ਤੋਂ ਪੀੜਤ ਹੈ, ਅੱਧੀ ਰਾਤ ਨੂੰ ਸੋਨੇ ਦਾ ਪੱਤਰਾ ਜਿਹੜਾ ਉੱਥੇ ਪਾਲਕੀ ਸਾਹਿਬ ਤੇ ਲਾਇਆ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਚੱਲਦੇ ਅਖੰਡ ਪਾਠ ਸਾਹਿਬ ਦੇ ਵਿੱਚ ਉਹ ਪੱਤਰਾ ਲਾਇਆ। ਸਾਡੀ ਇਹ ਮੰਗ ਆ ਕਿ ਉਹ ਜਿਹੜੀ ਆ ਉਹ ਦੱਸੀ ਜਾਵੇ।